ਤਾਂ ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਮਾਈਨਕ੍ਰਾਫਟ ਦੀ ਸੀਰੀਜ਼ ਦੇ ਪਾਰਟ 3 ਦੇ ਵਿੱਚ। ਤਾਂ ਚਲੋ ਸਟਾਰਟ ਕਰਦੇ ਹਾਂ। ਆਪਾਂ ਆਪ ਘਰ ਬਣਾਇਆ ਸੀਗਾ ਪਿਛਲੇ ਪਾਰਟ ਦੇ ਵਿੱਚ, ਇਹ ਤਾਂ ਬਸ ਕੁਛ ਕਰਾਤਾ ਕੱਢਣ ਲਈ ਸੀਗਾ। ਹੁਣ ਆਪਾਂ ਇੱਕ ਨਵਾਂ ਘਰ ਬਣਾਵਾਂਗੇ, ਉਹਦੀ ਰਿਸੋਰਸਿਸ ਕੱਟ ਪਹਿਲਾਂ ਕਰ ਲੈਂਦੇ ਹਾਂ। ਆਪਾਂ ਨੂੰ ਚਾਹੀਦੀਆਂ ਲੱਕੜਾਂ ਅਤੇ ਪੱਥਰ। ਪਹਿਲਾਂ ਲੱਕੜਾਂ ਹੀ ਤੋੜ ਦਿੰਦੇ ਆਪਾਂ, ਆਪਾਂ ਨੂੰ ਬਹੁਤ ਲੱਕੜਾਂ ਚਾਹੀਦੀਆਂ। ਪਹਿਲਾਂ ਆਪਾਂ ਰਿਸੋਰਸਿਸ ਹੀ ਇਕੱਠੀਆਂ ਕਰ ਲੈਣੀਆਂ। ਕਿੰਨੀਆਂ ਹੋ ਗਈਆਂ? 12 ਆਪਾਂ ਕੋਲ ਇਸ ਟਾਈਮ। ਅਤੇ ਆਪਾਂ ਆਪਣਾ ਜਿਹੜਾ ਘਰ ਆ ਉਹ ਮੇਰੇ ਖਿਆਲ ਨਾਲ ਆਪਾਂ ਇੱਥੇ ਬਣਾਵਾਂਗੇ। ਆਹ ਪੂਰਾ ਲੈਂਡ ਜਿਹੜਾ ਇਹ ਇੱਕਦਮ ਪਲੇਨ ਆ, ਸਮੁੰਦਰ ਵੀ ਕੋਲ ਆ, ਸਭ ਕੁਛ ਕੋਲ ਆ ਇੱਥੇ। ਅਤੇ ਆਪਾਂ ਇੱਥੇ ਹੀ ਸਾਰਿਆਂ ਤੋਂ ਪਹਿਲਾਂ ਸਪੋਨ ਹੋਏ ਸੀਗੇ, ਤਾਂ ਆਪਾਂ ਇੱਥੇ ਬਣਾਵਾਂਗੇ। ਤਾਂ ਇੱਥੇ ਜਿਹੜਾ ਇਹ ਪੂਰਾ ਰਸਤਾ ਪਲੇ ਆਹ ਜਗ੍ਹਾ ਪਲੇਨ ਕਰਨ ਲਈ ਆਪਾਂ ਨੂੰ ਡਰਟ ਵੀ ਚਾਹੀਦੀ ਆ। ਤਾਂ ਡਰਟ ਤਾਂ ਆਪਾਂ ਇੱਥੋਂ ਹੀ ਲੈ ਲੈਣੀ। ਕਿੰਨੀ ਆਪਾਂ ਇੱਕ ਨੋਰਮਲ ਹਾਊਸ ਬਣਾਵਾਂਗੇ, ਝੋਪੜੀ ਟਾਈਪ, ਥੋੜ੍ਹਾ ਜਿਹਾ ਕਲਾਸਿਕ ਜਿਹਾ। ਤਾਂ ਉਹ ਤੋਂ ਬਾਅਦ 'ਚ ਆਪਾਂ ਅੱਗੇ ਜਾ ਕੇ ਹੋਰ ਦੇਖਾਂਗੇ, ਟਰਾਈ ਕਰਾਂਗੇ ਉਹਨੂੰ ਵਧਾਉਣ ਦਾ, ਜਾਂ ਇੱਕ ਹੋਰ ਘਰ ਬਣਾ ਲਵਾਂਗੇ ਅੱਗੇ ਜਾ ਕੇ। ਆਪਾਂ ਕੋਲ ਕਾਫੀ ਡਰਟ ਹੋ ਚੁੱਕੀ ਹੈ ਮੇਰੇ ਖਿਆਲ ਨਾਲ, ਦੇਖ ਲੈਂਦੇ ਭਰ ਕੇ ਇਹਨੂੰ। ਮੈਂ ਤਾਂ ਕਹਿੰਦਾ ਆਪਾਂ ਸ਼ਵਲ ਜਿਹੜੀ ਆ ਵਾਲੀ ਇਹ ਤੋੜੀ ਦਿੰਦੇ ਹਾਂ ਘਾਹ ਖੋਦ ਖੋਦ। ਜਦੋਂ ਇਹ ਟੁੱਟ ਗਈ ਉਦੋਂ ਆਪਾਂ ਬੰਦ ਕਰ ਦੇਣਾ, ਫਿਰ ਦੇਖਾਂਗੇ ਇੰਨੀਆਂ ਕਾਫੀ ਹੈ ਜਾਂ ਹੋਰ ਲੈ ਕੇ ਆਈਏ। ਚੱਲ ਵੀ ਟੁੱਟ ਗਈ ਆਪਣੀ ਸ਼ਵਲ। ਆਪਾਂ ਕੋਲ ਕਿੰਨੇ ਬਲੋਕ ਆਏ? 64+64+6 ਕਿੰਨੇ ਬਲੋਕ ਆ ਚੁੱਕੇ ਆਪਾਂ ਕੋਲ? 120 ਤੋਂ ਉੱਪਰ ਬਲੋਕ ਆ। ਆਪਾਂ ਭਰ ਲੈਂਦੇ ਹਾਂ ਸਾਰਾ। ਮੈਂ ਤਾਂ ਥੱਲੇ ਰਹਿ ਗਿਆ। ਆ ਲਓ ਜੀ, ਆ ਵੀ ਭਾਰ ਹੋ ਗਿਆ ਤੇ ਹੁਣ ਆ ਰਹਿੰਦਾ ਟੋਆ। ਆ ਇੱਕ ਤੇ ਘਾਹ ਵੀ ਆਉਣ ਲੱਗ ਪਿਆ, ਇਹ ਹੌਲੀ ਹੌਲੀ ਘਾਹ ਆ ਜਾਣਾ ਇਹਨਾਂ ਤੇ ਸਾਰਿਆਂ ਤੇ। ਮੇਰੇ ਖਿਆਲ ਨਾਲ ਇੰਨੀ ਡਰਟ ਨਾ ਸਰ ਜਾਣਾ ਆਪਣਾ ਈਜ਼ੀ। ਆ ਲਓ ਜੀ, ਆ ਵੀ ਭਰ ਹੋ ਗਿਆ। ਆ ਇੱਥੋਂ ਮੜ ਜਾ ਘਾਸ ਕਰ ਦਿੰਦੇ ਸਾਈਡ ਤੇ। ਫਸਲ ਫੁਸਲ ਜੋ ਆਪਾਂ ਜਾਨਵਰ ਰੱਖਣੇ ਆ ਸਭ ਕੁਛ ਆਉਣਾ ਆਪਾਂ ਇੱਥੇ ਹੀ ਕਰਨਾ ਹੈ। ਇਹ ਜਿੰਨੀ ਵੀ ਲੈਂਡ ਆ ਇਹ ਸਾਰੀ ਆਪਾਂ ਕੰਜ਼ਿਊਮ ਕਰਨੀ ਹੈ। ਆ ਸਾਰਾ ਘਾਹ ਤੋੜ ਦਿੰਦੇ ਆ, ਨਾਲੇ ਆਪਾਂ ਨੂੰ ਸੀਡਸ ਮਿਲ ਜੂ ਇਹਨਾਂ ਨੂੰ। ਆਹ ਦੇਖੋ, ਆਹ ਸੀਡ ਪਿਆ, ਉਹ ਇੱਕ ਓਵਰ ਹੈਗੇ, ਇਹ ਵੀ ਲੈ ਲੈਂਦੇ ਆ। ਇਹੀ ਆਪਾਂ ਬੀਣੇ ਆ ਅੱਗੇ ਹੈਗੇ। ਸੀਡਸ ਤਾਂ ਇੱਥੇ ਆਪਾਂ ਨੂੰ ਭਰ ਭਰ ਮਿਲ ਰਹੇ ਆ। ਚੱਲ ਬਈ, ਆ ਹੋ ਗਿਆ ਆਪਣਾ ਕੰਮ। ਤੇ ਇੱਥੇ ਆਪਾਂ ਬਣਾਵਾਂਗੇ ਆਪਣਾ ਘਰ। ਉਹ ਤੋਂ ਪਹਿਲਾਂ ਆਹ ਜਿਹੜਾ ਹਵਾ ਦੇ ਵਿੱਚ ਲਟਕਦਾ ਪਿਆ ਜਾਦੂ ਜਿਹਾ, ਇਹਨੂੰ ਆਪਾਂ ਲਾਉਣਾ। ਲਾਉਣ ਤੋਂ ਪਹਿਲਾਂ ਆਪਾਂ ਆਪਣੀ ਹੰਗਰ ਦੇਖ ਲਈਏ, ਹੰਗਰ ਬਹੁਤ ਜ਼ਿਆਦਾ ਵੱਧ ਰਹੀ ਹੈ। ਆਪਾਂ ਖਾ ਲੈਂਦੇ ਕੁੱਕਡ ਬੀਫ। ਚੱਲ ਬਈ, ਹੰਗਰ ਹੋ ਗਈ ਕੰਟਰੋਲ, ਹੁਣ ਚੜ੍ਹਦੇ ਉੱਪਰ। ਯਾਰ ਇਹ ਤੋਂ ਚੰਗਾ ਮੇਰੇ ਤੋਂ TNT ਹੁੰਦਾ, ਮੈਂ ਇਹਦੇ ਵਿੱਚ ਵਿੱਚ ਰੱਖ ਕੇ ਉਹਨੂੰ ਲਾ ਦੇਣੀ ਸੀ ਅੱਗ, ਇਹ ਸਾਰਾ ਹੀ ਉੜ ਜਾਂਦਾ ਸੀਗਾ। ਉੜ ਜਾਣਾ ਮਤਲਬ ਉਹਨਾਂ ਬੰਬ ਹੁੰਦਾ ਨਾ ਇਸ ਗੇਮ 'ਚ। ਯਾਰ ਮੈਂ ਤਾਂ ਕਹਿੰਦਾ ਕੁੱਝ ਜਿਹਾ ਲੜਕਦਾ ਵਧੀਆ ਹੀ ਲੱਗਦਾ ਪਿਆ, ਰਹਿਣ ਹੀ ਦਿੰਦੇ ਇਹਨੂੰ, ਛੱਡੋ। ਨਾਲੇ ਟਾਈਮ ਵੀ ਬਹੁਤ ਲੱਗਦਾ ਪਿਆ, ਇਹਨੂੰ ਰਹਿਣ ਹੀ ਦਿੰਦੇ ਹਵਾ 'ਚ ਲੜਕਦਾ। ਆਹ ਦੇਖੋ, ਜੇ ਆਪਾਂ ਦਰਖਤ ਤੋੜਦੇ ਆਪਾਂ ਨੂੰ ਸਟਿੱਕਾਂ ਵੀ ਮਿਲਦੀਆਂ ਇੱਥੋਂ, ਲੱਕੜੀਆਂ, ਜਿਹਨਾਂ ਆਪਾਂ ਕੁਲਹਾੜੀ ਜਾਂ ਇੱਦਾਂ ਦੀਆਂ ਚੀਜ਼ਾਂ ਬਣਾਉਂਦੇ ਹਾਂ। ਤਾਂ ਕਿੱਥੇ ਸ਼ੁਰੂ ਕਰੀਏ? ਇੱਥੇ ਆਪਾਂ ਲਾਈਏ ਡਰਟ, ਇੱਥੇ ਹੀ ਸ਼ੁਰੂ ਕਰਦੇ ਹਾਂ ਮੈਂ ਕਹਿੰਦਾ। ਅਤੇ ਡਰਟ ਨੂੰ ਅੰਦਰ ਰੱਖ ਲੈਂਦੇ ਹਾਂ, ਜਿਹੜੀਆਂ ਮੇਨ ਮੇਨ ਚੀਜ਼ਾਂ ਉਹਨਾਂ ਨੂੰ ਬਾਹਰ ਲੈ ਆਉਂਦੇ ਹਾਂ। ਆਪਾਂ ਕੋਲ ਲੱਕੜਾਂ ਹੈਗੀਆਂ ਕਾਫੀ ਪਈਆਂ, ਇਹਨਾਂ ਦਾ ਵੀ ਉਹ ਹੀ ਬਣਾ ਲੈਂਦੇ ਸਿਸਟਮ ਜਿਹਾ। ਆਹ ਹੈਗੀਆਂ ਸਿੰਪਲ ਲੱਕੜਾਂ, ਤੇ ਆਹ ਹੈਗੇ ਦੂਜੇ ਲੌਗ।
ਇਹਨਾਂ ਆਪਾਂ ਟੈਕਸਚਰ ਦੇਣਾ ਇਹਨਾਂ ਨੂੰ ਵਧੀਆ, ਇਹ ਵੀ ਅੱਗੇ ਕਰ ਲੈਂਦੇ। ਲੱਕੜ ਦਾ ਬਣਾਉਣਾ ਆਪਾਂ ਘਰ, ਕਿੱਦਾਂ ਬਣਾਇਆ ਜਾਵੇ ਇੱਦਾਂ ਸਿੰਪਲ ਜਿਹਾ ਘਰ ਬਣਾਉਣਾ ਪਹਿਲਾਂ ਪਹਿਲਾਂ ਤਾਂ ਆਪਾਂ। ਆਹ 3 ਲੱਗ ਗਏ, ਆਪਾਂ ਨੂੰ ਹੋਰ ਲੱਕੜਾਂ ਦੀ ਲੋੜ ਆ। ਆਪਾਂ ਜਿਹੜਾ ਦਰਵਾਜ਼ਾ ਉਹ ਉੱਧਰ ਨੂੰ ਬਣਾਉਣਾ ਵਾ, ਉਹਦੇ ਹਿਸਾਬ ਨਾਲ ਆਪਾਂ ਡਿਜ਼ਾਇਨ ਕਰਨਾ। ਪਹਿਲਾਂ ਤਾਂ ਆਪਾਂ ਲੱਕੜਾਂ ਲੈ ਕੇ ਆਈਏ ਥੋੜ੍ਹੀਆਂ ਹੋਰ, ਇੱਧਰ ਜਾਂਦੇ ਇੱਧਰਲੇ ਪਾਸੇ ਆ ਜੰਗਲ ਅਸਲੀ। ਆਹ ਤੋੜ ਲੈਂਦੇ ਲੱਕੜਾਂ ਆਪਾਂ ਸਾਰੀਆਂ। ਤਾਂ ਇੱਥੇ ਮੈਂ ਤਾਂ ਵੀ ਬਣਾਇਆ ਕਿਉਂਕਿ ਅੱਗੇ ਸਮੁੰਦਰ ਆ। ਇੱਕ ਮਿੰਟ, ਆਹ ਕੀ ਹੋ ਗਿਆ? ਆਹ ਪਤਾ ਨਹੀਂ ਕੀ ਬਗਸ ਜੇ ਇਹਦੇ ਵਿੱਚ, ਅਤੇ ਮੋਹਰੇ ਸਮੁੰਦਰ ਵੀ ਆ। ਤਾਂ ਆਪਾਂ ਇਹਦੇ ਵਿੱਚ ਆਪਾਂ ਪੋਰਟ ਵੀ ਬਣਾਵਾਂਗੇ ਆਪਣਾ, ਕਿਸ਼ਤੀਆਂ ਵਗੈਰਾ ਖੜਾ ਕਰ ਲਈ ਸਭ ਕੁਛ। ਚੱਲ ਬਈ ਟੁੱਟ ਗਿਆ, 16 ਹੋ ਗਈਆਂ ਆਪਾਂ ਨੂੰ ਇਹਨਾਂ। ਬਸ ਆਪਾਂ ਪਿੱਲਰ ਬਣਾਉਣੇ ਆ ਤਾਂ ਕਿ ਵਧੀਆ ਟੈਕਸਚਰ ਜਿਹਾ ਆ ਸਕੇ। ਦੂਜੀਆਂ ਲੱਕੜਾਂ ਤਾਂ ਆਪਾਂ ਤੋਂ ਵਾਧੂ ਆ, ਜਿਹੜੀਆਂ ਨੋਰਮਲ ਹੁੰਦੀਆਂ ਹੀ ਆ, ਇਹ ਤੋਂ ਬਾਅਦ 'ਚ ਜਿਹੜੇ ਲੋਗ ਲੂਗ ਜਿਹੇ ਮਿਲਦੇ ਆ ਉਹ ਤਾਂ ਵਾਧੂ ਆਪਾਂ ਉਹ। ਇਹਨਾਂ ਤਾਂ ਬਸ ਆਪਾਂ ਟੈਕਸਚਰ ਜਿਹੇ ਦੇਣੇ ਆ ਘਰ ਨੂੰ, ਪਿੱਲਰਾਂ ਦੇ ਥੋੜ੍ਹੇ ਵਧੀਆ ਜਿਹਾ ਲੱਗਦਾ। ਚੱਲ ਬਈ, ਆਹ ਦਰਖਤ ਤੋਂ ਚੰਗੀਆਂ ਲੱਕੜਾਂ ਮਿਲ ਗਈਆਂ। ਤੇਤੀ, 34, 35, 36 ਕਿੰਨੀਆਂ ਮਿਲ ਗਈਆਂ ਬਈ। ਚਲੋ ਵੀ ਪਹੁੰਚੀਏ, ਆ ਫੁੱਲ ਵੀ ਲੈ ਲਈਏ, ਫੁੱਲ ਲਾਵਾਂਗੇ ਘਰ ਦੇ ਮੂਹਰੇ। ਮਿਲੂੰਗੇ ਇਹ? ਹਾਂ ਮਿਲ ਗਏ, ਮਿਲ ਗਏ ਵੀ, ਮਿਲ ਗਏ। ਫੁੱਲ ਤਾਂ ਲਾਣੇ ਹੀ ਲਾਣੇ ਬਾਈ, ਇੱਕ ਰਹਿਣ ਦਿੰਦੇ ਹਾਂ, ਕੀ ਪਤਾ ਆਪਾਂ ਕੋ ਇਹ ਜੇ ਖਤਮ ਖਤਮ ਹੋ ਗਿਆ ਫੁੱਲ, ਆਪਾਂ ਇਹ ਫੁੱਲ ਇੱਕ ਫੁੱਲ ਮਤਲਬ ਇੱਕ ਫੁੱਲ ਤੋਂ ਵਧਾ ਦੇਵਾਂਗੇ ਉਹਨਾਂ ਦੀ ਵਾਦੀ ਫਿਰ ਦੁਬਾਰਾ। ਆਹ ਵੀ ਫੁੱਲ ਲੈ ਲੈਂਦੇ ਚਿੱਟੇ ਵਾਲੇ, ਚੱਲ ਵੀ ਘਰ ਨਾ ਮੈਂ ਉਹ ਥੋੜ੍ਹਾ ਛੋਟਾ ਜਿਹਾ ਮੈਨੂੰ ਲੱਗਦਾ ਪਿਆ, ਉਹਨੂੰ ਥੋੜ੍ਹਾ ਵੱਡਾ ਕਰਨਾ, ਜੇ ਆਪਾਂ ਕਹਿ ਲਓ ਵਿੰਗ ਜਿਹਾ ਪਾ ਦਾਂਗੇ ਇਹਦੇ ਵਿੱਚ, ਉਹ ਬੈਟਰ ਰਹਿਣਾ, ਨਾਲੇ ਲੁੱਕ ਵੀ ਵਧੀਆ। ਆਵਾਜ਼ਾਂ ਪਤਾ ਨਹੀਂ ਕਿੱਦਾਂ ਦੀਆਂ ਲੱਗੀਆਂ ਪਿੱਛੇ ਮਾਈਨਕ੍ਰਾਫਟ 'ਚ। ਆਹ ਆਪਾਂ ਕਿੱਦਾਂ ਕਰੀਏ, ਇੱਥੇ ਬਣਾ ਦਿੰਦੇ ਤਾਕੀ, ਇੱਕ ਤਾਂ ਆਪਣੇ ਟੂਲਸ ਵੀ ਟੁੱਟਣ 'ਤੇ ਆਏ। ਇੱਥੋਂ ਵਿੰਗ ਜਿਹਾ ਪਾ ਦਿੰਦੇ, ਇਹ ਆਪਾਂ ਬਣਾ ਦੂੰਗੇ, ਕੀ ਬਣਾਉਂਗੇ ਇਹਦਾ, ਉਹ ਬਣਾ ਦਿੰਦੇ ਇਹਦਾ ਆਪਣੇ ਬੈੱਡਰੂਮ, ਇੱਥੇ ਬੈੱਡ ਲਾ ਦੇਵਾਂਗੇ ਟਾਕੀ ਦੇ ਕੋਲ, ਠੀਕ ਆ, ਥੋੜ੍ਹਾ ਵੱਡਾ ਕਰ ਦਿੰਦੇ ਇਹਨੂੰ। ਇੱਥੇ ਲਾ ਤਾ, ਅਤੇ ਹੁਣ ਇੱਥੇ ਲਾ ਦਿੰਦੇ ਲੋਕਸ। ਉਹ ਯਾਰ ਆਹ ਤਾਂ ਟੇਢੀ ਲੱਗ ਗਈ, ਚੱਲ ਟੇਢੀ ਲਾ ਦਿੰਦੇ। ਨਹੀਂ ਯਾਰ ਟੇਢੀ ਨਹੀਂ ਲਾਉਣੀ, ਸਿੱਧੀ ਕਰਕੇ ਲਾਉਣੀ ਲੋਕ, ਤਾਂ ਹੀ ਤਾਂ ਪਿੱਲਰ ਜਿਹੇ ਦਾ ਮਜ਼ਾ ਆਉਂ, ਮਤਲਬ ਇੱਦਾਂ ਖੜਾ ਜਿਹਾ ਪਿੱਲਰ ਵਧੀਆ ਲੱਗਣਾ ਦੇਖਣ ਨੂੰ। ਇੱਕ ਤਾਂ ਮੇਰਾ ਮਾਊਸ ਨਹੀਂ ਥੋੜ੍ਹਾ ਠੀਕ ਹੈਗਾ, ਮੈਨੂੰ ਲੱਗਦਾ ਡਬਲ ਕਲਿੱਕ ਹੋ ਜਾਂਦਾ ਕਦੀ ਕਦੀ। ਆਹ ਲੱਗ ਗਿਆ ਪਿੱਲਰ, ਇੱਧਰ ਵੀ ਲਾ ਦਿੰਦੇ ਇੱਕ, ਆਹ ਵੀ ਲੱਗ ਗਿਆ ਪਿੱਲਰ, ਇੱਥੇ ਲਾ ਦਿੰਦੇ ਆ ਲੱਕੜੀਆਂ ਇੱਦਾਂ। ਇਹ ਇੱਧਰ ਨੂੰ ਕੱਢ ਦੇਣਾ ਆਪਾਂ ਥੋੜ੍ਹਾ, ਇੱਧਰ ਨੂੰ ਕੱਢ ਕੇ, ਤਾਂ ਇਹ ਆਪਾਂ ਅੰਡਰਗਰਾਊਂਡ ਵੀ ਬਣਾਉਣਾ ਆ, ਜਿਹੜੀਆਂ ਆਪਣੀਆਂ ਸਟੋਰੇਜਾਂ ਵਗੈਰਾ ਹੋਣਗੀਆਂ ਨਾ ਅੱਗੇ ਜਾ ਕੇ। ਹੁਣ ਫਿਲਹਾਲ ਆਪਾਂ ਇੱਧੇ ਰੱਖ ਦੇਣੀਆਂ ਕਿਉਂਕਿ ਸਟੋਰੇਜ ਹੈਗੀਆਂ ਘੱਟ, ਪਰ ਅੱਗੇ ਜਾ ਕੇ ਆਪਾਂ ਇਹਨੂੰ ਬਹੁਤ ਜ਼ਿਆਦਾ ਐਕਸਟੈਂਡ ਕਰ ਦੇਣਾ, ਥੱਲੇ ਹੀ ਬਾੜ ਦੇਣਾ ਸਭ ਕੁਛ ਇਹਦੇ। ਹੁਣ ਤਾਂ ਰਾਤ ਵੀ ਹੋਣ ਲੱਗੀ ਆ, ਅਤੇ ਜਲਦੀ ਆਪਾਂ ਨੂੰ ਅੰਦਰ ਜਾਣਾ ਪੈਣਾ। ਤਾਂ ਗੱਬੇ ਉਹ ਤੋੜ ਦਿੰਦੇ ਹਾਂ, ਇੱਥੋਂ ਤਾਕੀ ਬਣਾਉਣੀ ਹੈ। ਚੱਲ ਵੀ ਆਹ ਵੀ ਲੱਗ ਗਈ ਇੱਦਾਂ, ਡਬਲ ਕਲਿੱਕ ਪਤਾ ਨਹੀਂ ਕਾਹਦੇ ਹੋ ਜਾਂਦਾ ਯਾਰ।
चल भाई इनू भी इत्थे ला दने इदा इन्ना बन गया देखो बारो दे दे किदां दा लगदा आ देखो बारो इदां दा लगदा पे इधर ताकियां कढ़निया जिन्निया हो सके उन्निया ताकियां कढ़निया पहला जाके जल्दी जल्दी घर दे विच वड़ के सौ जाइए इस तो पहला ज़ॉम्बी स्पॉन हो तब हौली हौली आपां अपनी जिहड़े एनिमल्स आ इह भी लैके जाणे उधर चल भी लग गया दरवाजा छिटी चल भाई पहला सौ ही लगे मकड़ी फिर दी मकड़ी नू मार देने इस तो आपां नू स्टिंग मिल जू टुट गया टूल चल शुकर मर गई टूल ही टुट गया अपना दात ही टुट गया उहदे मूहरे जाके आपां कोल तलवार हैगी तां है चल कोई नहीं हुण इहनू अंदर ही रखदे आ आयरन भी मिले सीगे मैनू आयरन और तीन मिले उत्थों गुफा दे विच ऑफलाइन मैं डिग गया सी गुफा दे विच जांदा जांदा यार आपां कोल दात है नहीं गा मैनू लगदा हाँ दात नहीं हैगा यार दात बना के लैके आईए तो होर भी हो सके आ वादू जरा कचरा जहा भरिया हो सीड सूड जी चीजा जी ये भी माड़ा जहा करके आने सिस्टम एक तो प्लेयर अपना तेज नहीं भजता थक जाता छेती वो अपनी फसल भी हो गई मैं लगता हाँ भी हो गई भी हो गई बस आ पंपकिन हूँ छेती हो जाए वाह की हो जाता यार एक तो ये बक्स जे है ये गेम च वह भी पक गई है वाह भी फसल हो गई अपनी चौबी सीड आर भर के सीड लाने आप अच्छा वो यार तीर कमान वाला खड़ा खड़ो शील्ड लै लीए आप जल्दी जल्दी तो लोहे की तलवार ओदी कढ़ लीए आयरन की तलवार कढ़ लीए आद इदा लड़ना इन्ह जो ये तीर मारता मुड़े मूहरे शील्ड कर देनी आदि वह घूम के उदे लागे वह लेने तीर कमान ड्रॉप किया देख लें पर हेल्थ बहुत घट है यदि बो कहें माइनक्राफ्ट चल भजा मारी दें मीट ही मिलू अपना ढिड भी भरना चल भाई अपनी जी मैं लगता स्टोरेज फुल हो गई है कि चीज़ सट्टी है पंपकिन सीड आ एक वो आप ला दें सैपलिंग सट दें बूटा चल यार निकल छेती घर भी बनाना अपना मैं लगता इस पार्ट च अगले पार्ट जाके बनूंगा अपना पूरा घर कंप्लीट हो टाइम लग जाना तुम्हें वधिया होना है ना उदे थोड़ी रफा दफा जहा नहीं करना उधर भी अपनी फसल पक गई है चल भाई सीड मिल गया अपन भर भर के मैं अगे जाके फसल लाने के अपन सौखा हो तो वह शुगर केन भी बढ़ गई है पिछले पार्टा पहले पार्ट के देखा होगा ये एक नंबर पर सी है ना दूजे नंबर पर चल गई है यदा भी आप उ फार्म लाना है अपने घर के कोल पहला वादू चीजा रख दी आप कल बिल्डिंग का समान रखना आप बिल्ड करना कोई नॉर पहला तो आयरन और जेडे पिघला के आयरन इगट करने लिए रख दई कोल पा के रख दें फैदर कुकड़ मार के जड़ा मिले अपन वूल भी रख लें स्टिका भी रख दें शुगर केन सब कुछ रख देना वादू जी चीज अपन लोड़ मिली आ चिकन रख लें अपने को पका दें नाले ताकि कुछ खाने का तो इंतजाम हो जाए कोल कितने हम कोल तो आप चले लिया आ रहा कोल की जगह आप लावा की बाल्टियां भर भर के भी लैके आ सकते हैं वह बहुत वधिया वह फ्री का माल ही कह लो एक हिसाब का आ यार बूटे बाटे सब कुछ सीड सूड है जो है लैदर लूदर सब कुछ यार रख दई है हम फिलहाल आ मुर्गा रख लें अपने को पता अगे आगे प्लेयर भुख रख भुख लग जाए ओके तो कि कमी आप दूजिया लकड़ा की कमी पै गई अपन सिंपल लकड़ा होंगे पर कोई नहीं देख लें हड्डी भी रख दें स्टिंग भी रख दें बहू भी रख दें बस इन चीजा रखनी है बाकी हले अपन आओ टूल बनाने यार मैं चेता भल जाता हरेक पहला स्टिका बना लें थोड़ी
ਤਾਂ ਆਪਾਂ ਨੂੰ ਦਾਤ ਚਾਹੀਦੇ ਦੋ, ਇੱਕ ਦਾਤ ਆ ਦੋ ਦਾਤ, ਤੇ ਇੱਕ ਬਣਾਉਣੀ ਆਪਾਂ ਕੁਲਹਾੜੀ ਹੋਰ, ਠੀਕ ਆ, ਤੇ ਹੋਰ ਇੱਕ ਉਹ ਡਟ ਤੋੜਨ ਵਾਲਾ ਵੀ ਬਣਾ ਲੈਂਦੇ ਆ ਸ਼ੋਵਲ, ਕਿਉਂਕਿ ਘਾਹ ਵੀ ਆਪਾਂ ਨੂੰ ਇੱਥੇ ਖੋਦਣਾ ਪੈਣਾ ਕਾਫੀ, ਕਹਿੰਦੇ ਡਰਟ ਚੰਗੀ ਬਣੀ, ਇੱਧਰ ਉੱਧਰ ਕਰਨੀ ਪੈਣੀ ਚੰਗੀ ਆਪਾਂ ਨੂੰ। ਤਾਂ ਚੱਲ ਬਈ ਭੱਜ ਗਏ, ਇੱਥੇ ਲਾ ਦਿੰਦੇ ਆਪਾਂ ਆਪਣਾ ਪਿੱਲਰ ਯਾਰ, ਹਰੇਕ ਵਾਰ ਇਹ ਗਲਤ ਲੱਗ ਜਾਂਦਾ। ਪਹਿਲਾਂ ਤਾਂ ਆਪਣੀ ਨਾ ਸ਼ੀਲਡ ਲਾ ਦਈਏ, ਇਹਨਾਂ ਵਿਊ ਦਾ ਜਿਹੜਾ ਡਿਸਟੈਂਸ ਆ ਉਹ ਘੱਟ ਜਾਂਦਾ। ਚੱਲ ਬਈ ਆ ਹੋ ਗਿਆ ਇੰਨਾ ਕੰਪਲੀਟ, ਹੁਣ ਆਪਾਂ ਨੂੰ ਹੋਰ ਲੱਕੜਾਂ ਦੀ ਲੋੜ ਆ, ਜਾਂ ਇਹਨਾਂ ਨੂੰ ਹੀ ਕਰ ਲੈਂਦੇ ਆ, ਇਹ ਜਿਹੜੀਆਂ ਲੱਕੜਾਂ ਮੇਰੇ ਤੋਂ ਪਈਆਂ ਥੋੜ੍ਹੀਆਂ ਹੀ ਆ, ਇਹਨਾਂ ਨੂੰ ਲੋਕਸ ਬਣਾ, ਲੋਕ ਤੋਂ ਦੂਜੀ 'ਚ ਕਨਵਰਟ ਕਰ ਦਿੰਦੇ ਹਾਂ। ਯਾਰ ਆਹ ਇੱਥੇ ਹੋਣਾ ਚਾਹੀਦਾ, ਇਹ ਥੋੜ੍ਹਾ ਗਲਤ ਬਣਾ ਬੈਠੇ ਹਾਂ ਆਪਾਂ, ਇਹਨੂੰ ਠੀਕ ਕਰਨਾ ਪੈਣਾ। ਆਹ ਦੇਖੋ ਇਹ ਵਧੀਆ ਜਿਹਾ ਨਹੀਂ ਲੱਗਦਾ, ਇੱਥੇ ਹੋਣਾ ਚਾਹੀਦਾ, ਬੇਸ਼ੱਕ ਬਾਹਰੋਂ ਪਤਾ ਨਾ ਲੱਗੇ ਇਹਦਾ। ਜੇ ਇਹਨੂੰ ਦੋਨੋਂ ਪਾਸੇ ਵਾੜ ਦਿੰਦੇ ਹਾਂ ਉਹ ਜ਼ਿਆਦਾ ਬੈਟਰ, ਇੱਦਾਂ ਕਰ ਲੈਂਦੇ ਹਾਂ। ਮੈਂ ਦਿਖਾਉਂਦਾ ਤੁਹਾਨੂੰ, ਇਹ ਡਬਲ ਪਿੱਲਰ ਸਿਸਟਮ ਕਰ ਦਿੰਦੇ ਹਾਂ। ਇੱਕ ਤਾਂ ਯਾਰ ਮੇਰਾ ਆਹ ਖੁੱਲ ਜਾਂਦਾ ਜਦੋਂ ਮਾਊਸ ਥੱਲੇ ਕਰਦਾ, ਫਿਰ ਗਲਤ ਲੱਗ ਗਈ। ਫਿਰ ਗਲਤ ਲੱਗ ਗਈ ਯਾਰ, ਇੱਕ ਤਾਂ ਪਿੱਲਰਾਂ ਨੂੰ ਸਹੀ ਲੈਣਾ ਬਹੁਤ ਨਾ, ਛਾਲ ਮਾਰ ਕੇ ਥੱਲੇ ਨੂੰ ਲਾਉਣਾ। ਹਾਂ ਹੁਣ ਲੱਗੀ, ਹੁਣ ਇਹਦੇ ਵਿੱਚ ਆਪਾਂ ਲਾ ਦੇਣੀ ਆਹ ਵਾਲੀ ਲੱਕੜ, ਹੁਣ ਦੇਖਦੇ ਹਾਂ। ਵਧੀਆ ਲੱਗਦੀ ਵੀ ਨਹੀਂ, ਗੰਦ ਪੈ ਗਿਆ, ਰੂਹ ਨਾਲ ਗੰਦ ਪਿਆ ਬਾਹਰੋਂ ਯਾਰ, ਘਰ ਕੀ ਕਿਸੇ ਨੇ ਦੇਖਣਾ। ਆਪਾਂ ਇੰਦਰੋ ਕਰਨਾ ਸਿਸਟਮ ਸਹੀ, ਜਾਂ ਇੱਥੋਂ ਇੱਦਾਂ ਹੀ ਪਿੱਲਰ ਰਹਿਣ ਦਿੰਦੇ, ਆਹ ਜ਼ਿਆਦਾ ਵਧੀਆ ਲੱਗਦਾ। ਹਾਂ ਇਹ ਠੀਕ ਹੈ, ਇੱਦਾਂ ਠੀਕ ਹੈ ਯਾਰ, ਇਹ ਗੱਲ ਬਣੀ। ਇੱਥੋਂ ਤੋੜ ਦਿੰਦੇ ਇਹਨੂੰ, ਉੱਪਰ ਲੋਗ ਹੈ ਲੈ ਲਈ। ਚੱਲ ਵੀ ਤੋੜਦੀ, ਇੱਥੋਂ ਇਹਦੀ ਤਾਕੀ ਬਣਾ ਦਿੰਦੇ ਇੱਕ। ਹਾਂ ਹੁਣ ਠੀਕ ਲੱਗਦਾ ਯਾਰ, ਪਹਿਲਾਂ ਤਾਂ ਗੱਲੇ ਹੀ ਨਹੀਂ ਬਣਦੀ ਪਈ ਸੀ, ਪਤਾ ਨਹੀਂ ਕਾਹਦੇ, ਠੀਕ ਨਹੀਂ ਲੱਗਦਾ ਸੀ ਥੋੜ੍ਹਾ। ਇੱਥੇ ਲਾ ਦਿੰਦੇ ਹਾਂ, ਇੱਥੇ ਲਾ ਦਿੰਦੇ ਹਾਂ, ਇੱਦਾਂ ਹੀ ਸੇਮ ਚੌਰਸੇ ਜਿਹਾ ਬਣਾਉਣਾ ਆਪਾਂ ਸਿਸਟਮ ਜਿਹਾ ਥੋੜ੍ਹਾ। ਦਰਵਾਜ਼ਾ ਮੈਂ ਕਹਿੰਦਾ ਇੱਧਰ ਨੂੰ ਕੱਢ ਦਿੰਦੇ ਹਾਂ ਥੋੜ੍ਹਾ ਜਿਹਾ ਟੇਢਾ। ਤਾਂ ਉਹ ਤੋਂ ਪਹਿਲਾਂ ਯਾਰ ਲੱਕੜਾਂ ਲੈ ਕੇ ਆਈਏ ਥੋੜ੍ਹੀਆਂ ਜਿਹੀਆਂ, ਅਤੇ ਖਾਣ ਪੀਣ ਦਾ ਵੀ ਥੋੜ੍ਹਾ ਜਿਹਾ ਆਪਾਂ ਨੂੰ ਕਰਨਾ ਪੈਣਾ ਇੱਥੇ ਜੁਗਾੜ ਸਿਸਟਮ ਜਿਹਾ। ਯਾਰ ਸੈਂਸਿਟੀਵਿਟੀ ਮੈਂ ਥੋੜ੍ਹੀ ਜਿਹੀ ਜ਼ਿਆਦਾ ਕਰਦਾ, ਮੈਨੂੰ ਜ਼ਿਆਦਾ ਹੀ ਮਾਊਸ ਚੱਕ ਚੱਕ ਇੱਧਰ ਉੱਧਰ ਖਾਨਾ ਪੈ ਰਿਹਾ। ਇਹਨੂੰ ਕਰ ਦਿੰਦੇ 36 ਹੁਣ ਦੇ ਦੇ। ਹਾਂ ਹੁਣ ਠੀਕ ਆ, ਹੁਣ ਮਿੰਟੋ ਮਿੰਟ ਹੀ ਜਾਂਦਾ ਪਿਆ ਫਰ ਕਰਦਾ। ਚੱਲ ਵੀ ਕਿੰਨੇ ਪੀਸ ਹੋ ਗਏ ਆਪਾਂ ਕੋਲ, 13। ਹੁਣ ਆਪਾਂ ਇੱਦਾਂ ਕਰਦੇ ਲੈ ਕੇ ਹੀ ਜਾਂਦੇ ਥੋੜ੍ਹੇ ਜਿਹੇ ਪੀਸ, ਵਾਰ ਵਾਰ ਕੀ ਗੇੜੇ ਮਾਰੀ ਜਾਣੇ। ਜਾਂ ਤਾਂ ਮੈਂ ਔਫਲਾਈਨ ਹੀ ਕਰ ਲੈਂਦਾ, ਫਿਰ ਵੀਡੀਓ ਨਹੀਂ ਲੰਬੀ ਬਣਦੀ ਸੀਗੀ ਇੰਨੀ, ਤਾਂ ਔਫਲਾਈਨ ਹੀ ਕਰਨਾ ਬੈਟਰ ਹੁੰਦਾ। ਪਰ ਕੋਈ, ਹੁਣ ਵੀਡੀਓ ਔਨ ਕਰ ਹੀ ਦਿੱਤੀ ਹੈ ਤਾਂ ਅਪਲੋਡ ਕਰ ਦੂੰਗਾ ਮੈਂ ਇਹ। ਇੱਧਰ ਵੀ ਹੈਗਾ ਇੱਕ ਦਰਖਤ, ਹੌਲੀ ਹੌਲੀ ਤੋਂ ਖਤਮ ਹੋ ਜਾਣੇ ਆ, ਫਿਰ ਆਪਾਂ ਨੂੰ ਖੁਦ ਦੇ ਆਪਣੇ ਲਾਉਣੇ ਪੈਣੇ ਦਰਖਤ। ਪਿੱਛੇ ਇਹਦੇ ਗਾਰਡਨ ਜਿਹਾ ਵੀ ਬਣਾਵਾਂਗੇ, ਬਹੁਤ ਕੁਛ ਕਰਨਾ ਹਾਲੇ ਤਾਂ ਆਪਾਂ। ਆਪਾਂ ਹੁਣ ਲੈ ਕੇ ਜਾਣੇ ਚੰਗੀ ਤਰ੍ਹਾਂ ਭਰ ਭਰ ਲੈ ਕੇ ਜਾਣੀਆਂ ਲੱਕੜਾਂ, ਦੁਬਾਰਾ ਆਪਾਂ ਨੂੰ ਆਉਣਾ ਨਾ ਪਵੇ ਸ਼ੀਰੀ। ਚੱਲ ਬਈ ਕਿੰਨੀਆਂ ਹੋ ਗਈਆਂ, 40 ਹੋ ਗਈਆਂ, ਥੋੜ੍ਹੀਆਂ ਹੋਰ ਲੈ ਲੈਂਦੇ, ਉੱਦਾਂ ਲਾਲਚ ਮਾੜਾ ਨਹੀਂ, ਚੰਗਾ ਨਹੀਂ ਹੁੰਦਾ ਜ਼ਿਆਦਾ, ਪਰ ਫਿਰ ਵੀ ਥੋੜ੍ਹੀਆਂ ਲੈ ਹੀ ਲੈਂਦੇ ਯਾਰ, ਹੁਣ ਆਏ ਹਾਂ।
ਕਿੰਨੀਆਂ ਹੋ ਗਈਆਂ 46 ਹੋ ਗਈਆਂ, ਚਲੋ ਵੀ 73 ਹੋਈ ਆ ਇੱਥੋਂ। ਉਹ ਤੋਂ ਪਹਿਲਾਂ ਮਾੜੇ ਜਿਹਾ ਫੂਡ ਛਕ ਲੈਂਦੇ ਜਾਂਦੇ ਜਾਂਦੇ। ਚੱਲ ਵੀ ਪਲੇਅਰ ਭੱਜ, ਇੱਥੇ ਲਾ ਦਿੰਦੇ ਲਾਓ। ਹਾਂ ਹੁਣ ਸੈਂਸਿਟੀਵਿਟੀ ਠੀਕ ਕੀਤੀ ਹੈ ਤਾਂ ਹੁਣ ਪਲੇਅਰ ਠੀਕ ਹੈ, ਥੋੜ੍ਹਾ ਮੂਵ ਕਰ ਰਿਹਾ ਵਧੀਆ। ਉੱਥੇ ਕਿੱਦਾਂ ਆਪਾਂ ਪਿੱਲਰ ਲਾਏ ਸੀ, ਇੱਦਾਂ ਲੁਕੋ ਕੇ ਲਾਏ ਸੀ ਆਪਾਂ ਪਿੱਲਰ, ਇੱਥੇ ਵੀ ਆਪਾਂ ਲੁਕੋ ਕੇ ਇਹ ਲਾਉਣੇ ਪੈਣੇ ਯਾਰ, ਹਰੇਕ ਵਾਰ ਗਲਤ। ਉੱਥੇ ਦੋ ਤਾਕੀਆਂ ਠੀਕ ਆ, ਦੋ ਤਾਕੀਆਂ ਬਾਹਰ ਚੋਂ, ਇੱਕ ਪਿੱਲਰ ਦੂਜਾ ਸਿੰਪਲ ਇੱਦਾਂ। ਹਾਂ ਸਿੰਪਲ, ਫਿਰ ਉਸ ਤੋਂ ਬਾਅਦ ਚ ਲੱਕ ਲੋਗ ਵਾਲਾ ਪਿੱਲਰ ਇੱਦਾਂ। ਠੀਕ ਆ, ਤੇ ਉਹਦੇ ਹਿਸਾਬ ਨਾਲ ਹੁਣ ਆਪਾਂ ਕਿੱਦਾਂ ਕਰਨੀ ਆ, ਬਾਹਰਲੇ ਪਾਸੇ ਲਾ ਕੇ ਹੁਣ ਇੱਧਰ ਨੂੰ ਮੁੜਨਾ। ਜੇ ਉਹਦੀ ਡਿਟੋ ਕਾਪੀ ਬਣਾਉਣੀ ਆ ਤਾਂ, ਪਰ ਆਪਾਂ ਡਿਟੋ ਕਾਪੀ ਬਣਾਉਣੀ ਨਹੀਂ ਗੀ, ਇਹਨੂੰ ਆਪਾਂ ਮੜ ਜਾ ਇੱਥੋਂ ਓਪਨ ਜਿਹਾ ਕਰਕੇ। ਓਏ ਹੋਏ ਆਹ ਦੇ, ਇੱਕ ਤਾਂ ਹਨੇਰਾ ਹੋਣ ਲੱਗ ਪਿਆ, ਆਪਾਂ ਛੇਤੀ ਇੱਥੋਂ ਜਾਣਾ ਪੈਣਾ। ਆਹ ਦੇ ਇੱਦਾਂ ਮੂਹਰ ਨੂੰ ਕੱਢ ਕੇ ਇੱਥੋਂ ਆਪਾਂ ਇਹਨੂੰ ਮੋੜ ਦੇਣਾ, ਮੈਂ ਦਿਖਾਉਂਦਾ ਤੁਹਾਨੂੰ। ਹਨੇਰਾ ਹੋਣ ਲੱਗ ਪਿਆ, ਪਰ ਆਪਾਂ ਹਨੇਰੇ 'ਚ ਵੀ ਥੋੜ੍ਹਾ ਜਿਹਾ ਕਰਨਾ ਪੈਣਾ। ਇੱਥੋਂ ਘਰ ਦੀ ਜਿਹੜੀ ਸ਼ੇਪ ਆ ਨਾ, ਉਹ ਆਪਾਂ ਨੂੰ ਬਦਲਣੀ ਪੈਣੀ ਥੋੜ੍ਹੀ। ਇਹ ਹੁਣ ਮੈਂ ਬਣਾਈ ਤਾਂ ਜਾ ਰਿਹਾ ਹਨੇਰੇ ਦੇ ਵਿੱਚ, ਪਰ ਮੈਨੂੰ ਪਤਾ ਮੈਂ ਕੀ ਬਣਾ ਰਿਹਾ, ਉਹ ਜ਼ੋਂਬੀ ਆ ਗਿਆ। ਇਹਨੂੰ ਆਪਾਂ ਕਰ ਦਈਏ ਇਹਦਾ ਕਟੱਪਾ, ਉਹਦੇ ਗੁਫਾ ਦੇ ਵਿੱਚੋਂ ਨਿਕਲ ਨਿਕਲ ਗਿਆ। ਚੱਲ ਵੀ ਆਹ ਤਾਂ ਗੁਫਾ ਉਹ 'ਚ ਹੀ ਡਿੱਗ ਗਿਆ, ਖਾਈ ਜੀ ਵਿੱਚ ਟੋਏ 'ਚ ਡਿੱਗ ਗਿਆ। ਆਪਾਂ ਆਪਣਾ ਕੰਮ ਕਰਦੇ ਜਦ ਤੱਕ, ਕਿਉਂਕਿ ਆਪਾਂ ਘਰ ਦੇ ਕੋਲ ਹੀ ਹਾਂ, ਜੇ ਮਰ ਵੀ ਗਏ ਤਾਂ ਦੁਬਾਰਾ ਆ ਜਾਵਾਂਗੇ, ਕੋਈ ਨਹੀਂ। ਆ ਇੱਥੇ ਲਾ ਦੇਣਾ, ਆ ਇੱਥੋਂ ਗੱਬੇ ਤੋੜ ਦੇਣੇ ਇੱਦਾਂ। ਠੀਕ ਆ, ਦਰਵਾਜ਼ਾ ਆਪਾਂ ਇੱਧਰਲੀ ਸਾਈਡ ਨੂੰ ਬਣਾਉਣਾ। ਆਪਾਂ ਬੜਾ ਹੋਰ ਹਿਸਾਬ ਦਾ ਕੰਮ ਕਰ ਰਹੇ ਹਾਂ, ਥੋੜ੍ਹਾ ਡਿਫਰੈਂਟ। ਇੱਦਾਂ ਲਾ ਦਿੱਤੀਆਂ, ਉਹ ਤੋਂ ਬਾਅਦ 'ਚ ਇਹਨਾਂ ਨੂੰ ਇੱਦਾਂ ਲਾਉਣਾ। ਹੋਏ ਹੋਏ ਗਲਤ ਲੱਗ ਗਈ। ਯਾਰ ਗਲਤ ਪਤਾ ਨਹੀਂ ਕਾਹਦੇ ਲੱਗ ਜਾਂਦੀਆਂ, ਲੱਗ ਗਈ ਸਹੀ, ਲੈ ਫਿਰ ਗਲਤ ਲੱਗ ਗਈ। ਹਾਂ ਹੁਣ ਲੱਗੀ ਸਹੀ। ਇੱਦਾਂ ਕਰਦੇ ਇਹਨੂੰ ਇੱਥੋਂ ਤੋੜ ਦਿੰਦੇ ਹਾਂ, ਆ ਭੈੜਾ ਜਿਹਾ ਲੱਗਦਾ ਥੋੜ੍ਹਾ। ਤੋੜਤਾ, ਅਤੇ ਆ ਵੀ ਆ ਜਿਹੜਾ ਆਹ ਐਂਗਲ ਆ ਨਾ, ਆਹ ਇਹ ਪੂਰਾ ਕੱਚ ਦਾ ਬਣਾ ਦੇਣਾ ਆਪਾਂ ਇੱਥੇ। ਠੀਕ ਆ, ਅਤੇ ਦਰਵਾਜ਼ਾ ਆਪਾਂ ਲਾਉਣਾ ਇੱਧਰ ਸਾਈਡ ਨੂੰ, ਇੱਥੇ ਲਾਉਣੇ ਦਰਵਾਜ਼ੇ, ਅਤੇ ਇੱਥੋਂ ਉੱਪਰ ਇਹਨੂੰ ਕਵਰ ਕਰ ਦਿੰਦੇ ਹਾਂ ਇੱਦਾਂ। ਹਾਂ ਹੁਣ ਠੀਕ ਹੈ ਯਾਰ, ਬਣੀ ਗੱਲ ਪੂਰੀ ਘੈਂਟ। ਠੀਕ ਆ, ਥੱਲੇ ਥੱਲੇ ਫਰਸ਼ ਪਾਉਣਾ ਆਪਾਂ, ਅਤੇ ਜਾ ਕੇ ਪਹਿਲਾਂ ਭੱਜ ਕੇ ਸੌ ਜਾਂਦੇ ਹਾਂ, ਬਾਹਰ 'ਚੋਂ ਆਉਂਦੇ ਫਰਸ਼ ਪਾ। ਜੇ ਇੱਦਾਂ ਕਰਦੇ ਮੈਂ ਪਹਿਲਾਂ ਦੇਖ ਲਵਾਂ ਕਿੰਨੀ ਲੰਬੀ ਵੀਡੀਓ ਬਣ ਗਈ ਹੈ, ਨਹੀਂ ਤਾਂ ਵੀਡੀਓ ਨੂੰ ਐਂਡ ਕਰਦੇ। ਓਕੇ 25 ਮਿੰਟ ਦੀ ਬਣਨ ਵਾਲੀ ਹੈ ਵੀਡੀਓ 'ਚ। ਚਲੋ ਇੱਦਾਂ ਕਰਦੇ ਹਾਂ, ਆਪਾਂ ਇਸ ਵੀਡੀਓ ਨੂੰ ਇੱਥੇ ਹੀ ਐਂਡ ਕਰਦੇ ਹਾਂ, ਅੱਗੇ ਦਾ ਕੰਮ ਆਪਾਂ ਕਰਾਂਗੇ ਅਗਲੇ ਪਾਰਟ ਦੇ ਵਿੱਚ। ਤਾਂ ਚਲੋ, ਥੈਂਕ ਯੂ ਤੁਹਾਡਾ ਇਸ ਵੀਡੀਓ ਨੂੰ ਦੇਖਣ ਲਈ, ਅੱਗੇ ਤੱਕ ਜੁੜੇ ਰਹੋ, ਆਪਾਂ ਬਹੁਤ ਕੁਛ ਕਰਾਂਗੇ। ਉਸ ਤੋਂ ਪਹਿਲਾਂ ਉਹ ਮੈਨੂੰ ਕੀ ਦਿਖਦਾ ਪਿਆ, ਉਹਨੇ ਗੋਲਡ ਦਾ ਪਾਇਆ ਬਹੁਤ ਸਮਾਨ ਸਕੈਲੇਟਨ ਨੇ, ਉਹ ਤੋਂ ਤੀਰ ਕਮਾਨ ਆ ਗੋਲਡ ਦਾ ਸਾਰਾ, ਉਹਦੇ ਕੋਲ ਆਰਮਰ ਆ, ਹੈਲਮੈਟ ਪੈਰ ਪੂਰ ਸਭ ਕੁਛ। ਉਹਨੂੰ ਮਾਰ ਕੇ ਜੇ ਆਪਾਂ ਨੂੰ ਮਿਲ ਜਾਵੇ ਨਾ ਗੋਲਡ ਦਾ, ਅੱਛਾ ਇਹਨੇ ਆਰਮਰ ਪਾਇਆ ਨਾ ਤਾਂ ਛੇਤੀ ਮਰਦਾ ਨਹੀਂ। ਦੇਖੀ ਆਪਾਂ ਨੂੰ ਕੀ ਮਿਲਿਆ, ਆਪਾਂ ਨੂੰ ਪੈਂਟ ਮਿਲੀ ਆ ਅਤੇ ਹੈਲਮੈਟ ਮਿਲਿਆ ਇਹਦਾ ਗੋਲਡਨ ਦਾ, ਗੋਲਡ ਦਾ ਗੋਲਡਨ ਕਹਿ ਦਿੱਤਾ। ਤਾਂ ਯਾਰ ਪਹਿਲਾਂ ਤਾਂ ਜਿਹੜਾ ਜਾ ਕੇ ਭੱਜ ਗਏ ਆਪਾਂ, 73 ਹੋਈਏ ਘਰ ਦੇ ਵਿੱਚ ਬੜੀ, ਆਪਣੀ ਹੈਲਥ ਵੀ ਬਹੁਤ ਘੱਟ ਆ, ਸਿਰਫ 3 ਕਦੈਲ ਰਹਿ ਗਏ ਆਪਣੇ। ਚੱਲ ਵੀ ਵੱਢ ਜਾ। ਚਲੋ ਥੈਂਕ ਯੂ ਇਸ ਪਾਰਟ ਨੂੰ ਦੇਖਣ ਲਈ, ਅਗਲਾ ਪਾਰਟ ਜ਼ਰੂਰ ਦੇਖਿਓ।